ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਵਰਾਂ ਵਿਖੇ 28 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਈ ਹੈ। ਸੋ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਲਖਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਦੇ ਵਜੋਂ ਹੋਈ ਹੈ। ਸੋ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਲਖਵਿੰਦਰ ਸਿੰਘ ਦੇ ਭਰਾ ਦੀ ਅੱਜ ਤੋਂ 10 ਸਾਲ ਪਹਿਲਾਂ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋਈ ਸੀ। ਸੋ ਅੱਜ ਲਖਵਿੰਦਰ ਸਿੰਘ ਦੀ ਵੀ ਮੌਤ ਹੋ ਚੁੱਕੀ ਹੈ। ਪਰਿਵਾਰ ਦੇ ਵਿੱਚ ਮਾਤਮ ਛਾਇਆ ਹੋਇਆ। ਸੋ ਇਸੇ ਦੌਰਾਨ ਪਰਿਵਾਰਕ ਮੈਂਬਰਾਂ ਨੇ ਹੋਰ ਕੀ ਕੁਛ ਦੱਸਿਆ, ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਸਤਨਾਮ ਸਿੰਘ ਜੀ, ਇਹ ਕਿਤੋਂ ਦਾ ਬ੍ਰਦਰ ਸੀ ਵੱਡਾ, ਉਹ ਵੀ ਚੱਲ ਵਸਿਆ ਦੁਨੀਆਂ ਤੋਂ, ਅਤੇ ਫਾਦਰ ਸਾਹਿਬ ਇਹਦੇ ਉਹ ਵੀ ਚੱਲ ਵਸਿਆ, ਅਤੇ ਇਹ ਵੀ ਚੱਲ ਵਸਿਆ ਜੀ। ਅਤੇ ਹੁਣ ਮਾਂ ਬੁੱਢੀ ਰਹਿ ਗਈ ਵਿਚਾਰੀ, ਅਤੇ ਬੱਚੇ ਆ ਇੱਕ 2.5 ਸਾਲਾਂ ਦਾ ਹੈ ਮੁੰਡਾ, ਅਤੇ ਕੁੜੀ 3.5 ਸਾਲਾਂ ਦੀ ਆ। ਅਤੇ ਬਸ ਕਮਾਈ ਵਾਲਾ ਬੰਦਾ ਕੋਈ ਨਹੀਂ ਰਹਿ ਗਿਆ ਜੀ। ਅਤੇ ਸਰਕਾਰਾਂ ਨੂੰ ਵੀ ਚਾਹੀਦਾ ਵੀ ਇਹ ਨਸ਼ੇ 'ਤੇ ਥੋੜ੍ਹੀ ਬਹੁਤੀ ਠੱਲ ਪਾਈ ਜਾਵੇ, ਕਿ ਹੁਣ ਅੱਜ ਨੌਜਵਾਨ ਵੇਖ ਲਓ ਤੁਹਾਡੇ ਸਾਹਮਣੇ ਨਸ਼ੇ ਦੀ ਬਲੀ ਚੜ੍ਹ ਗਿਆ ਬੰਦਾ, ਅਤੇ ਇਹਨਾਂ ਦਾ ਹੁਣ ਕੋਈ ਦੇਖ ਰੇਖ ਵਾਲਾ ਕੋਈ ਬੰਦਾ ਨਹੀਂ ਹੈਗਾ, ਕਿਉਂਕਿ ਤੁਹਾਨੂੰ ਪਤਾ ਕੋਈ ਕਿਸੇ ਦਾ ਕੌਣ ਬਣਦਾ। ਮੇਰਾ ਜੀ ਬ੍ਰਦਰ ਲੱਗਦਾ, ਚਾਚੇ ਜੀ ਦਾ, ਤਾਏ ਦਾ ਮੁੰਡਾ ਜੀ। ਨਹੀਂ ਜੀ, ਕਿ ਇਹਨਾਂ ਨੇ ਮੈਸੇਜ ਦਿੱਤਾ ਸਾਨੂੰ ਜੀ ਵੀ ਇੱਦਾਂ ਵੀ ਮਤਲਬ ਕਿ ਉੱਥੇ ਪਿਆ ਆ, ਅਤੇ ਅਸੀਂ ਜਾ ਕੇ ਜਦੋਂ ਵੇਖਿਆ ਜੀ ਅਤੇ ਫਿਰ ਲੈ ਕੇ ਆਏ ਘਰੇ, ਅਤੇ ਉਸ ਧਾਰ ਤੋਂ ਫਿਰ ਸਾਨੂੰ ਪਤਾ ਲੱਗਾ ਕਿ ਇਹ ਗੱਲ ਬਣੀ। ਮੰਗ ਇਹ ਆ ਕਿ ਸਰਕਾਰਾਂ ਨੂੰ ਚਾਹੀਦਾ ਜੀ ਥੋੜ੍ਹੀ ਬਹੁਤੀ ਨਸ਼ੇ ਦੇ ਠੱਲ ਪਾਈ ਜਾਵੇ, ਜਿਹੜੇ ਨੌਜਵਾਨ ਆਉਣ ਵਾਲੇ ਨਸ਼ੇ ਦੇ ਅਧੀਨ ਨਾ ਹੋਣ, ਇਹ ਚੀਜ਼ ਦਾ ਸਰਕਾਰਾਂ ਨੂੰ ਚਾਹੀਦਾ ਵੀ ਨਸ਼ੇ ਦੇ ਠੱਲ ਪਾਈ ਜਾਵੇ, ਨਹੀਂ ਤਾਂ ਫਿਰ ਇੱਦਾਂ ਜਿਵੇਂ ਤਾਂ ਫਿਰ ਮੱਚਦੇ ਰਹਿਣੇ ਆ ਜੀ। ਆਪਣਾ ਕੀ ਗੱਲ ਬਣੀ, ਕੀ ਲੱਗਦੇ ਸੀ ਵੀਰ ਆਪਣੇ? ਮੇਰੇ ਤਾਏ ਦੇ ਬੇਟਾ ਜੀ। ਤੇ ਕੀ ਗੱਲ ਬਣੀ ਜੀ ਜਿਹੜੀ? ਨਸ਼ੇ ਦੀ ਓਵਰਡੋਜ਼ ਕਾਰਨ ਹੀ ਮੌਤ ਹੋ ਗਈ। ਕਿੰਨੀ ਉਮਰ ਸੀ? 28 ਸਾਲ। ਬੱਚੇ ਕਿੰਨੇ ਆ? ਬੱਚੇ 2 ਜੀ। ਬਹੁਤ ਮਾੜੇ। ਕੀ ਮੰਗ ਕਰਦੇ ਆ ਜੀ ਹੁਣ? ਇਹੀ ਸਰਕਾਰ ਨੂੰ ਮੰਗ ਕਰਦੇ ਆ ਕਿ ਨਸ਼ਾ ਇਸ ਤਰ੍ਹਾਂ ਬੰਦ ਹੋ ਜੇ, ਮੁੰਡੇ ਮਰ ਰਹੇ ਆ। ਇੱਕ ਬ੍ਰਦਰ ਦੱਸਦੇ ਪਹਿਲੋਂ ਵੀ ਵਿਚਾਰਿਆਂ ਦਾ, ਉਹਨਾਂ ਦਾ ਵੀ ਨਸ਼ੇ ਦੀ ਓਵਰਡੋਜ਼ ਕਾਰਨ ਹੀ ਮੌਤ ਹੋਈ। ਤੇ ਕੀ ਗੱਲ ਬਣੀ, ਕੀ ਲੱਗਦੇ ਸੀ ਆਪਣੇ? ਇਹ ਵੀ ਆਪਣੇ ਮਹੱਲੇ ਦੇ ਵਿੱਚ ਚਾਚਾ ਜੀ ਦੇ ਲੜਕੇ ਹੀ ਆਪਣੇ ਭਰਾ ਹੀ ਸੀ। ਭਰਾ ਹੀ ਲਾ ਲਓ ਤੁਸੀਂ, ਇਹ ਨਾ ਬਹੁਤ ਜ਼ਿਆਦਾ ਮਾੜੀ ਗੱਲ ਹੋਈ ਆ। ਇਹ ਨਸ਼ੇ ਦੀ ਪੀੜਵੇ 'ਤੇ ਚੜ੍ਹਿਆ ਪੰਜਾਬ, ਬਹੁਤ ਮਾੜੀ ਗੱਲ ਆ। ਇੱਕ ਗੱਲ ਵਾ ਵੀ ਗਰਾਊਂਡ ਦੇ ਵਿੱਚ ਖੇਡਣ ਲਈ ਜਾਂਦੇ ਆ, ਅਤੇ ਪਹਿਲੀ ਵਾਰ ਇਹ ਸੁਣਿਆ ਵਾ ਵੀ ਉੱਥੇ ਟੀਕੇ ਲਾ ਕੇ ਮੁੰਡੇ ਮਰਨ ਦੇ। ਸਰਕਾਰ ਨੂੰ ਚਾਹੀਦਾ ਵੀ ਇਹਨਾਂ ਚੀਜ਼ਾਂ ਦੇ ਉੱਤੇ ਪਾਬੰਦੀ ਲਾਉਣੀ ਚਾਹੀਦੀ। ਹੋਲਾ ਅਸੀਂ ਵਿਰੋਧ ਕਰਦੇ ਇਹ ਗੱਲੋਂ ਸਰਕਾਰ ਦਾ, ਸਰਕਾਰ ਨੂੰ ਚਾਹੀਦੀ ਆ ਵੀ ਗਰਾਊਂਡ ਦੇ ਵਿੱਚ ਜ਼ਿਆਦਾ ਨਹੀਂ ਅਤੇ ਮੁੰਡੇ ਪੜ੍ਹਨੇ ਚਾਹੀਦੇ। ਚਲੋ ਕੋਈ ਖੇਡਾਂ ਮੱਲਾਂ ਦੇ ਵਿੱਚ ਨਾ ਬੜਾ ਸੁਭਰਾ ਦਾ, ਪਰ ਇਹ ਗੱਲੋਂ ਨਸ਼ੇ ਦੀ ਪੀੜਤ ਬਹੁਤ ਜ਼ਿਆਦਾ ਕੰਮ ਗਲਤ ਹੋ ਰਿਹਾ। ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਆ ਵੀ ਇਹਨਾਂ ਦੀ ਜਿੰਨੀ ਵੀ ਹੋ ਸਕੇ ਚਲੋ ਥੋੜ੍ਹੀ ਤੋਂ ਥੋੜ੍ਹੀ ਬਹੁਤੀ ਚੋਂ ਮਦਦ ਕੀਤੀ ਜਾਵੇ ਇਹਨਾਂ ਦੀ। ਬਿਲਕੁਲ ਜੀ। ਕਿੰਨੇ ਪਰਿਵਾਰ ਦੇ ਜੀ ਆ ਘਰ? ਇਹ ਸਿਰਫ ਹੁਣ ਇਕੱਲਾ ਹੀ ਮੁੰਡਾ ਵਾ, ਅਤੇ ਇਹ ਵੀ ਇਹਦੀ ਵੀ ਡੈਥ ਹੋ ਗਈ। ਪਰਿਵਾਰ ਦੇ ਵਿੱਚ ਹੁਣ ਕਮਾਉਣ ਵਾਲਾ ਕੋਈ ਨਹੀਂ ਇਸ ਵਕਤ ਇਹਨਾਂ ਦੀ। ਮਾਤਾ ਹੀ ਆ, ਮਾਤਾ ਹੀ ਆ, ਇਕੱਲੇ ਬਜ਼ੁਰਗ ਉਹ ਵੀ ਕਿਤੇ ਜਾ ਨਹੀਂ ਸਕਦੇ, ਅਤੇ ਪਿੰਡ ਦੀ ਪੰਚਾਇਤ ਨੂੰ ਵੀ ਅਤੇ ਚਲੋ ਸਰਕਾਰ ਨੂੰ ਵੀ ਬੇਨਤੀ ਆ ਵੀ ਜਿੰਨਾ ਵੀ ਚਲੋ ਹੋ ਸਕੇ ਇਹਨਾਂ ਦੀ ਥੋੜ੍ਹੀ ਬਹੁਤੀ ਮਦਦ ਕੀਤੀ ਜਾਵੇ।